पंजाब दी मिट्टी फसलां ते अन्न ही नहीं पैदा करदी। इस मिट्टी विच बहुत कुछ उगया, साडा विरसा, विरासत ते विरसे दे वारिस। इन्हां विचों इक पंजाबी गबरू ਇਹ ਜ਼ਮੀਨ ਦਿਨ ਰਾਤ ਮੈਨੂੰ ਵਾਜਾਂ ਮਾਰਦੀ ਹੈ, ਕਹਿੰਦੀ ਪੁੱਤ ਪਾ ਹਲ ਤੇ ਬਾਅਦ ਸਿਆੜ ਮੇਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਗੁੱਗੂ ਗਿੱਲ। ਮੇਰਾ ਫਿਲਮਾਂ ਦੇ ਵਿੱਚ ਆਉਣਾ ਇੱਕ ਇਤਫਾਕ ਰਿਹਾ ਜੀ। ਸਾਡੇ ਫੈਮਿਲੀ ਫਰੈਂਡ ਨੇ ਮਿਸਟਰ ਬਲਦੇਵ ਖੋਸਾ, ਉਹਨਾਂ ਦੇ ਨਾਲ ਰਲ ਮਿਲ ਕੇ ਇੱਕ ਫਿਲਮ ਬਣੀ ਸੀ ਪੁੱਤ ਜੱਟਾਂ ਦੇ। ਉਸ ਦੇ ਵਿੱਚ ਇੱਕ ਛੋਟਾ ਜਿਹਾ ਕਿਰਦਾਰ ਮੈਨੂੰ ਡਾਇਰੈਕਟਰ ਨੇ ਦਿੱਤਾ। ਲੈ ਬਈ ਜਗੀਰਿਆ, ਪਿਛਲੇ ਸਾਲ ਦਾ ਬਦਲਾ ਲੈ ਲਿਆ ਸਾਡੇ ਕਾਲੂ ਨੇ, ਬਸ ਇੰਨਾ ਕੁ ਡਾਇਲੋਗ ਸੀ। ਔਰ ਉਸ ਫਿਲਮ ਦੇ ਆਖਰ ਤੱਕ ਮੇਰਾ ਕੋਈ ਪ੍ਰੋਗਰਾਮ ਨਹੀਂ ਸੀ ਇਸ ਲਾਈਨ ਨੂੰ ਅਖਤਿਆਰ ਕਰਨ ਦਾ। ਉਹ ਉਸੇ ਗਰੁੱਪ ਨੇ, ਉਸੇ ਡਾਇਰੈਕਟਰ ਨੇ ਇੱਕ ਨਵੀਂ ਫਿਲਮ ਬਣਾਈ ਜਿਸ ਦਾ ਨਾਂ ਸੀ ਗੱਭਰੂ ਪੰਜਾਬ ਦਾ। ਉਸ ਫਿਲਮ ਦੇ ਵਿੱਚ ਮੈਨੂੰ ਮੇਨ ਵਿਲਨ ਦੇ ਤੌਰ 'ਤੇ ਉਹਨਾਂ ਨੇ ਲਿਆ। ਗੱਭਰੂ ਪੰਜਾਬ ਦਾ ਫਿਲਮ ਤੋਂ ਹੀ ਆਪਣੇ ਫਿਲਮੀ ਸਫ਼ਰ ਦੀ ਸ਼ੁਰੂਆਤ ਕੀਤੀ। ਜੱਟ ਜਿਉਣਾ ਮੋ, ਅਣਖ ਜੱਟਾਂ ਦੀ, ਬਦਲਾ ਜੱਟੀ ਦਾ ਵਰਗੀਆਂ ਫਿਲਮਾਂ ਵਿੱਚ ਸਿਕੰਦਰਾਂ ਵਰਗੇ ਦਮਦਾਰ ਕਿਰਦਾਰ ਨਿਭਾਉਣ ਵਾਲਾ ਜੱਟ ਜੱਟ ਦੁਸ਼ਮਣੀ ਪਾ ਲਵੇ ਫੇਰ ਨਫਾ ਨੁਕਸਾਨ ਨਹੀਂ ਵੇਂਦਾ ਪੈਂਦਾ ਵੀਰਾ। ਅੱਜ ਦੀਆਂ ਫਿਲਮਾਂ ਤੇ ਪਹਿਲਾਂ ਵਾਲੀਆਂ ਫਿਲਮਾਂ 'ਚ ਕਾਫੀ ਫਰਕ ਹੈ। ਇੱਕ ਤਾਂ ਬਜਟ ਬਹੁਤ ਵੱਡੇ ਅੱਜ ਕੱਲ੍ਹ, ਔਰ ਕਹਾਣੀਆਂ ਦਾ ਬੜਾ ਫਰਕ ਹੈ। ਜਿਸ ਤਰ੍ਹਾਂ ਜਿਹੜੀਆਂ ਪੁਰਾਣੀਆਂ ਫਿਲਮਾਂ ਸੀ ਉਹ ਸਿਰਫ ਪੇਂਡੂ ਲੋਕਾਂ ਨੂੰ ਸਾਹਮਣੇ ਰੱਖ ਕੇ ਲਿਖੀਆਂ ਜਾਂਦੀਆਂ ਸੀ। ਆਪਣੀ ਅਸਲ ਜ਼ਿੰਦਗੀ ਵਿੱਚ ਵੀ ਚਿੱਟਾ ਕੁੜਤਾ, ਚਾਦਰਾ ਤੇ ਲਾਹੌਰੀ ਜੁੱਤੀ ਪਾ ਕੇ ਜਦੋਂ ਚਿੱਟੀ ਘੋੜੀ ਤੇ ਬੈਠਦਾ ਹੈ ਤਾਂ ਉਹਨਾਂ ਦੀ ਜ਼ਿੰਦਗੀ ਇੱਕ ਫਿਲਮ ਜਾਪਦੀ ਹੈ। ਜੀ ਹਾਂ, ਜਾਨ ਦੀ ਬਾਜ਼ੀ ਲਾਈ ਦੀ ਹੈ ਮਿੱਠਿਆ, ਆਟੇ ਦੇ ਦੀਵੇ ਨਹੀਂ ਬਾਲੀ ਦੇ, ਜਿਨ੍ਹਾਂ ਨੂੰ ਅੰਦਰ ਰੱਖਿਆ ਚੂਹੇ ਖਾਂਦੇ ਆ ਤੇ ਬਾਹਰ ਰੱਖਿਆ ਕੁੱਤੇ। ਅਸੀਂ ਗੱਲ ਕਰ ਰਹੇ ਹਾਂ ਫੋਰਐਵਰ ਯੰਗ, ਜੋ ਜਵਾਨੀ ਤੋਂ ਲੈ ਕੇ ਹੁਣ ਤੱਕ ਵੀ ਜਵਾਨ ਹੀ ਨੇ, ਦ ਲੈਜੈਂਡ ਆਫ ਪੰਜਾਬੀ ਫਿਲਮ ਇੰਡਸਟਰੀ, ਗੁੱਗੂ ਗਿੱਲ ਸਾਹਿਬ। ਆਪਣੇ ਹੁਣ ਤੱਕ ਦੇ ਫਿਲਮੀ ਕਰੀਅਰ ਵਿੱਚ ਗੁੱਗੂ ਜੀ 70 ਤੋਂ ਜ਼ਿਆਦਾ ਫਿਲਮਾਂ ਕਰ ਚੁੱਕੇ ਨੇ ਤੇ ਹੁਣ ਵੀ ਕਰ ਰਹੇ ਨੇ। ਤੇ ਅੱਜ ਜੀਓ ਫਿਲਮ ਫੇਅਰ ਦੀ ਸ਼ਾਮ ਅਸੀਂ ਪੰਜਾਬੀ ਫਿਲਮਾਂ ਦੇ ਮਹਾਨਾਇਕ ਗੁੱਗੂ ਗਿੱਲ ਸਾਹਿਬ ਨੂੰ ਲਿਵਿੰਗ ਲੈਜੈਂਡ ਅਵਾਰਡ ਨਾਲ ਸਨਮਾਨਿਤ ਕਰਦੇ ਹੋਏ ਮਾਣ ਮਹਿਸੂਸ ਕਰਦੇ ਹਾਂ।